ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਾਂਗਰਸੀ ਆਗੂ ਨਵਜੋਤ ਸਿੰਘ ਦੀ ਜੈੱਡ ਸੁਰੱਖਿਆ ਦੀ ਮੰਗ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਹਾਈ ਕੋਰਟ ਦੇ ਜਸਟਿਸ ਰਾਜ ਮੋਹਨ ਨੇ ਕੇਂਦਰੀ ਏਜੰਸੀ ਤੇ ਹੋਰਾਂ ਵੱਲੋਂ ਸਿੱਧੂ ਦੀ ਸੁਰੱਖਿਆ ਬਾਰੇ ਇਨਪੁੱਟ ਦੀ ਸੀਲ ਰਿਪੋਰਟ ਨੂੰ ਵੇਖਣ ਤੋਂ ਬਾਅਦ ਫੈਸਲਾ ਲਿਆ। ਸਿੱਧੂ ਦੇ ਵਕੀਲ ਨੇ ਇਹ ਵੀ ਦੋਸ਼ ਲਾਇਆ ਕਿ ਸੁਰੱਖਿਆ ਦੇ ਵਿੱਚ ਪੁਲਿਸ ਮੁਲਾਜ਼ਮ ਲੱਗੇ ਨੇ, ਉਹ ਟ੍ਰੇਨਡ ਨਹੀਂ ਹਨ ਅਤੇ ਸਾਰੇ ਰਿਟਾਇਰ ਹੋਣ ਵਾਲੇ ਹੀ ਨੇ। ਕੋਰਟ ਨੇ ਦੱਸਿਆ ਕਿ ਸਿੱਧੂ ਦੀ ਸੁਰੱਖਿਆ ਦੇ ਵਿੱਚ 24 ਸੁਰੱਖਿਆ ਮੁਲਜ਼ਮ ਰੋਟੇਸ਼ਨ 'ਤੇ ਨੇ, ਨਾ ਕਿ 24 ਘੰਟੇ ਲਈ। ਇੱਕ ਸਮੇਂ ਦੇ ਵਿੱਚ ਉਹਨਾਂ ਦੀ ਸੁਰੱਖਿਆ 'ਤੇ ਤੈਨਾਤ ਹੈ, ਜਿਹੜੇ ਸਿਰਫ 8 ਮੁਲਾਜ਼ਮ ਹੀ ਤੈਨਾਤ ਰਹਿਣਗੇ। ਇੰਨੀ ਸੁਰੱਖਿਆ ਦੇ ਬਾਵਜੂਦ ਘਰ ਵਿੱਚ ਕਿਸੇ ਵੱਲੋਂ ਦਾਖਲ ਹੋ ਜਾਣਾ ਇੱਕ ਇਹੋ ਜਿਹੀ ਸੁਰੱਖਿਆ। ਪਿਛਲੀ ਸੁਣਵਾਈ ਦੇ ਵਿੱਚ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਸੁਰੱਖਿਆ ਕਿਸੇ ਦਾ ਅਧਿਕਾਰ ਨਹੀਂ ਹੈ। ਸੋ ਹੋਰ ਅਪਡੇਟ ਲੈ ਕੇ ਰੂਬਰੂ ਹੋਵਾਂਗੇ, ਫੇਕਦੇ ਰਹੋ ਲੁਧਿਆਣਾ ਲਾਈਵ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਾਂਗਰਸੀ ਆਗੂ ਨਵਜੋਤ ਸਿੰਘ ਦੀ ਜੈੱਡ ਸੁਰੱਖਿਆ ਦੀ ਮੰਗ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਹਾਈ ਕੋਰਟ ਦੇ ਜਸਟਿਸ ਰਾਜ ਮੋਹਨ ਨੇ ਕੇਂਦਰੀ ਏਜੰਸੀ ਤੇ ਹੋਰਾਂ ਵੱਲੋਂ ਸਿੱਧੂ ਦੀ ਸੁਰੱਖਿਆ ਬਾਰੇ ਇਨਪੁੱਟ ਦੀ ਸੀਲ ਰਿਪੋਰਟ ਨੂੰ ਵੇਖਣ ਤੋਂ ਬਾਅਦ ਫੈਸਲਾ ਲਿਆ। ਸਿੱਧੂ ਦੇ ਵਕੀਲ ਨੇ ਇਹ ਵੀ ਦੋਸ਼ ਲਾਇਆ ਕਿ ਸੁਰੱਖਿਆ ਦੇ ਵਿੱਚ ਪੁਲਿਸ ਮੁਲਾਜ਼ਮ ਲੱਗੇ ਨੇ, ਉਹ ਟ੍ਰੇਨਡ ਨਹੀਂ ਹਨ ਅਤੇ ਸਾਰੇ ਰਿਟਾਇਰ ਹੋਣ ਵਾਲੇ ਹੀ ਨੇ। ਕੋਰਟ ਨੇ ਦੱਸਿਆ ਕਿ ਸਿੱਧੂ ਦੀ ਸੁਰੱਖਿਆ ਦੇ ਵਿੱਚ 24 ਸੁਰੱਖਿਆ ਮੁਲਜ਼ਮ ਰੋਟੇਸ਼ਨ 'ਤੇ ਨੇ, ਨਾ ਕਿ 24 ਘੰਟੇ ਲਈ। ਇੱਕ ਸਮੇਂ ਦੇ ਵਿੱਚ ਉਹਨਾਂ ਦੀ ਸੁਰੱਖਿਆ 'ਤੇ ਤੈਨਾਤ ਹੈ, ਜਿਹੜੇ ਸਿਰਫ 8 ਮੁਲਾਜ਼ਮ ਹੀ ਤੈਨਾਤ ਰਹਿਣਗੇ। ਇੰਨੀ ਸੁਰੱਖਿਆ ਦੇ ਬਾਵਜੂਦ ਘਰ ਵਿੱਚ ਕਿਸੇ ਵੱਲੋਂ ਦਾਖਲ ਹੋ ਜਾਣਾ ਇੱਕ ਇਹੋ ਜਿਹੀ ਸੁਰੱਖਿਆ। ਪਿਛਲੀ ਸੁਣਵਾਈ ਦੇ ਵਿੱਚ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਸੁਰੱਖਿਆ ਕਿਸੇ ਦਾ ਅਧਿਕਾਰ ਨਹੀਂ ਹੈ। ਸੋ ਹੋਰ ਅਪਡੇਟ ਲੈ ਕੇ ਰੂਬਰੂ ਹੋਵਾਂਗੇ, ਫੇਕਦੇ ਰਹੋ ਲੁਧਿਆਣਾ ਲਾਈਵ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਾਂਗਰਸੀ ਆਗੂ ਨਵਜੋਤ ਸਿੰਘ ਦੀ ਜੈੱਡ ਸੁਰੱਖਿਆ ਦੀ ਮੰਗ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਹਾਈ ਕੋਰਟ ਦੇ ਜਸਟਿਸ ਰਾਜ ਮੋਹਨ ਨੇ ਕੇਂਦਰੀ ਏਜੰਸੀ ਤੇ ਹੋਰਾਂ ਵੱਲੋਂ ਸਿੱਧੂ ਦੀ ਸੁਰੱਖਿਆ ਬਾਰੇ ਇਨਪੁੱਟ ਦੀ ਸੀਲ ਰਿਪੋਰਟ ਨੂੰ ਵੇਖਣ ਤੋਂ ਬਾਅਦ ਫੈਸਲਾ ਲਿਆ। ਸਿੱਧੂ ਦੇ ਵਕੀਲ ਨੇ ਇਹ ਵੀ ਦੋਸ਼ ਲਾਇਆ ਕਿ ਸੁਰੱਖਿਆ ਦੇ ਵਿੱਚ ਪੁਲਿਸ ਮੁਲਾਜ਼ਮ ਲੱਗੇ ਨੇ, ਉਹ ਟ੍ਰੇਨਡ ਨਹੀਂ ਹਨ ਅਤੇ ਸਾਰੇ ਰਿਟਾਇਰ ਹੋਣ ਵਾਲੇ ਹੀ ਨੇ। ਕੋਰਟ ਨੇ ਦੱਸਿਆ ਕਿ ਸਿੱਧੂ ਦੀ ਸੁਰੱਖਿਆ ਦੇ ਵਿੱਚ 24 ਸੁਰੱਖਿਆ ਮੁਲਜ਼ਮ ਰੋਟੇਸ਼ਨ 'ਤੇ ਨੇ, ਨਾ ਕਿ 24 ਘੰਟੇ ਲਈ। ਇੱਕ ਸਮੇਂ ਦੇ ਵਿੱਚ ਉਹਨਾਂ ਦੀ ਸੁਰੱਖਿਆ 'ਤੇ ਤੈਨਾਤ ਹੈ, ਜਿਹੜੇ ਸਿਰਫ 8 ਮੁਲਾਜ਼ਮ ਹੀ ਤੈਨਾਤ ਰਹਿਣਗੇ। ਇੰਨੀ ਸੁਰੱਖਿਆ ਦੇ ਬਾਵਜੂਦ ਘਰ ਵਿੱਚ ਕਿਸੇ ਵੱਲੋਂ ਦਾਖਲ ਹੋ ਜਾਣਾ ਇੱਕ ਇਹੋ ਜਿਹੀ ਸੁਰੱਖਿਆ। ਪਿਛਲੀ ਸੁਣਵਾਈ ਦੇ ਵਿੱਚ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਸੁਰੱਖਿਆ ਕਿਸੇ ਦਾ ਅਧਿਕਾਰ ਨਹੀਂ ਹੈ। ਸੋ ਹੋਰ ਅਪਡੇਟ ਲੈ ਕੇ ਰੂਬਰੂ ਹੋਵਾਂਗੇ, ਫੇਕਦੇ ਰਹੋ ਲੁਧਿਆਣਾ ਲਾਈਵ।